लॉकडाउन को हटे 2 महीने से ऊपर हो चुका है। चंडीगढ़ में कार्य प्रणाली सुचारू रूप से चल रही है। सरकारी कार्यालय या निजी दफ्तर, सब कर्मचारी अपने अपने कामों पर हैं। व्यापारियों को भी अनलॉक के बाद चैन की सांस मिली है, किंतु चंडीगढ़ की रौनक में 4 चांद लगाने वाली CTU बस सेवा फिलहाल 10% ही चल रही है, वो भी चुने हुए रूटों पर। लेकिन CTU भी कब तक बंद रहेगी, इसका जवाब अभी तक प्रशासन ने नहीं दिया है। इसी को लेकर सोमवार को चंडीगढ़ सेक्टर 17 बस अड्डे पर CTU यूनियन ने प्रशासन के खिलाफ नारेबाजी की। यूनियन का कहना है कि 17 बस अड्डे से मंडी को हटाकर बस सेवा को पूरी तरह से चलाया जाए। उन्होंने कहा कि हर रोज CTU को लाखों का घाटा हो रहा है। ਤਾਂ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਹੋਈ ਤਾਂ ਅੱਜ ਸਾਨੂੰ ਮਜਬੂਰ ਇਹ ਰੋਸ ਪ੍ਰੋਟੈਸਟ ਕਰਨਾ ਪਿਆ ਸੀ। ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਿਤਨੀ ਵੀ ਲੋਕਲ ਔਰ ਲੌਂਗ ਰੂਟ ਦੀ ਸਰਵਿਸ ਹੈ ਸਾਡੀ ਚਾਲੂ ਕੀਤੀ ਜਾਵੇ, ਤਾਂ ਜੋ ਰੋਡ ਦੇ ਉੱਪਰ ਜਾਮ ਦੀ ਸਥਿਤੀ ਜਾਂ ਸਵਾਰੀਆਂ ਦੀ ਜਿਹੜੀ ਖੱਜਲਖਾਰੀ ਹੈ ਬੰਦ ਹੋ ਸਕੇ। ਸਾਡੇ ਜਿਹੜੇ ਸਟਾਫ ਨੂੰ ਬੈਠਣ ਵਾਸਤੇ ਜਿਹੜੀ ਇੱਥੇ ਜਗ੍ਹਾ ਬਣੀ ਹੈ ਇੱਥੇ ਬਿਠਾ ਕੇ ਉਹ ਲੈ ਸਕੇ। ਸੋ ਕਿਉਂਕਿ ਇਹ ਬੱਸ ਸਟੈਂਡ ਹੈ ਜਿਹੜਾ, ਇਹ ਬੱਸ ਸਟੈਂਡ 'ਤੇ ਲੱਖਾਂ ਕਰੋੜਾਂ ਰੁਪਈਆ ਖਰਚ ਕੇ ਪੁਰਾਣੇ ਸਮਿਆਂ ਦੇ ਵਿੱਚ ਇਹ ਸਵਾਰੀਆਂ ਦੀਆਂ ਸਹੂਲਤਾਂ ਵਾਸਤੇ ਬਣਾਇਆ ਗਿਆ ਸੀ। ਅੱਜ ਇਸ ਦੇ ਨਾਲ ਹੀ ਜਿਹੜੀ ਹੋਰ ਵੱਡੀ ਗੱਲ ਹੈ ਕਿ ਦੇਖੋ, ਪੈਸਾ ਸਾਡੇ ਕੋਲ ਕੋਈ ਨਹੀਂ ਆ ਰਿਹਾ, CTU ਕੋਲ ਰੈਵਨਿਊ ਦਾ ਬਹੁਤ ਵੱਡਾ ਲੋਸ, ਸਾਨੂੰ ਰੋਜ਼ ਲੱਖਾਂ ਰੁਪਈਆਂ ਦਾ ਚੂਨਾ ਲੱਗ ਰਿਹਾ, ਪਰ ਬਿਜਲੀ ਦੇ ਬਿੱਲ, ਪਾਣੀ ਦੇ ਬਿੱਲ, ਦੁਕਾਨਾਂ ਦਾ ਕਿਰਾਇਆ ਜਾਂ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਸਾਡੇ ਕੋਲ ਆ ਨਹੀਂ ਰਹੀਆਂ, ਔਰ ਬਿਜਲੀ ਦੇ ਔਰ ਪਾਣੀ ਦੇ ਬਿੱਲ ਜਿਹੜੇ ਸਾਨੂੰ ਲਗਾਤਾਰ ਭਰਨੇ ਪੈ ਰਹੇ ਆ। ਤਾਂ ਇਸ ਕਰਕੇ ਇਹ ਗੌਰਮੈਂਟ ਦੀਆਂ ਗਲਤ ਨੀਤੀਆਂ ਨੇ ਜਿਹਦਾ ਅਸੀਂ ਵਿਰੋਧ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ, ਪਰ ਅਸੀਂ ਅੱਜ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ, ਨਹੀਂ ਸਾਨੂੰ ਹੋਰ ਸਖਤ ਕਦਮ ਚੱਕਣ ਵਾਸਤੇ ਮਜਬੂਰ ਹੋਣਾ ਪਊਗਾ ਕਿ ਜਲਦੀ ਤੋਂ ਜਲਦੀ ਜਿਹੜੀ ਸਾਡੀ ਲੋਕਲ ਔਰ ਲੌਂਗ ਰੂਟ ਦੀ ਸਰਵਿਸ ਹੈ ਬੱਸ ਅੱਡਿਆਂ ਦੇ ਅੰਦਰੋਂ ਚਲਾ ਕੇ ਮਤਲਬ ਲੋਕਾਂ ਨੂੰ ਚਲਾਈ ਜਾਵੇ, ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ। ਔਰ ਚੰਡੀਗੜ੍ਹ ਦੇ ਵਿੱਚ ਇਹਦੇ ਨਾਲ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਕਿ ਰਾਤ ਨੂੰ ਜਾਂ ਦਿਨੇ ਚੰਡੀਗੜ੍ਹ ਸ਼ਾਸਨ ਦੀ ਨੱਕ ਦੇ ਥੱਲੇ ਜਿਹੜਾ ਪ੍ਰਾਈਵੇਟੇਸ਼ਨ, ਪ੍ਰਾਈਵੇਟ ਗੱਡੀਆਂ ਚੰਡੀਗੜ੍ਹ ਦੇ ਵਿੱਚ ਆ ਰਹੀਆਂ ਨੇ, 43 ਬੱਸ ਅੱਡੇ ਦੇ ਸਾਹਮਣੇ ਸਵਾਰੀਆਂ ਉਤਾਰ ਕੇ ਜਾ ਰਹੀਆਂ ਨੇ ਜਾਂ ਇੱਥੋਂ ਲੈ ਕੇ ਜਾ ਰਹੀਆਂ ਨੇ, ਔਨਲਾਈਨ ਉਹ ਗੱਡੀਆਂ ਬੁੱਕ ਹੁੰਦੀਆਂ ਨੇ, ਉਹਨਾਂ ਨੂੰ ਨੱਥ ਪਾਈ ਜਾਵੇ ਔਰ ਸਰਕਾਰੀ ਸਰਵਿਸ ਨੂੰ ਜਿਹੜਾ ਹੈਗਾ, ਤਾਂ ਜੋ ਸਰਕਾਰੀ ਸਰਵਿਸ ਸਰਵ ਤਰੀਕੇ ਨਾਲ ਚੱਲ ਕੇ ਲੋਕਾਂ ਨੂੰ ਅਸੀਂ ਆਪਣੀ ਵਧੀਆ ਸਹੂਲਤ ਦੇ ਸਕੀਏ। ਹਾਂਜੀ, ਇਹ ਸਰ ਇਹ ਸੀਗਾ ਕਿ ਬਾਪੂ ਧਾਮ ਕਲੋਨੀਆਂ ਚੰਡੀਗੜ੍ਹ ਦੀ, ਉਹਦੇ ਵਿੱਚ ਕਰੋਨਾ ਦੇ ਕਾਫੀ ਕੇਸ ਆ ਗਏ ਸੀਗੇ, ਇਸ ਕਰਕੇ 26 ਮੰਡੀ ਹੈ ਜਿਹੜੀ ਉਹ ਬਿਲਕੁਲ ਨਾਲ ਸੀਗਾ ਸੈਕਟਰ 26 ਮੰਡੀ, ਇਸ ਕਰਕੇ ਇਹਨਾਂ ਨੇ ਟੈਂਪਰੀ ਤੌਰ ਵਾਸਤੇ ਕੁਛ 15-20 ਦਿਨਾਂ ਵਾਸਤੇ ਅਤੇ 17 ਬੱਸਾਂ ਦੇ ਵਿੱਚ ਡੀਲ ਕੀਤੀ ਸੀ, ਪਰ ਹੁਣ ਉੱਥੇ ਕੋਈ ਕੇਸ ਨਹੀਂ ਆ ਰਿਹਾ ਔਰ ਜਿਹੜਾ ਹੈ ਉਹ ਬਿਲਕੁਲ ਠੀਕ ਠਾਕ ਉੱਥੇ ਅਮਨ ਮਾਨ ਦਾ ਮਾਹੌਲ ਹੈ। ਸੋ ਸਬਜ਼ੀ ਮੰਡੀ ਨੂੰ ਤਬਦੀਲ ਕਰਨ ਨਾਲ ਹੀ ਇਹਦੇ ਨਾਲ ਇੱਕ ਹੋਰ ਵੀ ਗੱਲ ਹੈ ਕਿ ਜਿਹੜੀ ਲੇਬਰ ਹੈ ਜਾਂ ਜਿਹੜੇ ਆੜ੍ਹਤੀਏ ਨੇ ਉਹਨਾਂ ਨੂੰ ਵੀ ਇੱਥੇ ਜਿਹੜਾ ਇਹ ਆਪਣਾ ਸ਼ੁਰੂ ਕਰਕੇ ਨਾ ਕੰਮ ਇੱਥੇ ਕੋਈ ਲਾਭ ਦਾ ਬਣ ਜਾਣੀ ਹੈ, ਘੱਟ ਵੀ ਬਣ ਜਾਏ, ਲੇਬਰ ਦੇ ਖਰਚੇ ਪੈ ਰਹੇ ਆ, ਟਰਾਂਸਪੋਰਟ ਦੇ ਖਰਚੇ ਪੈ ਰਹੇ ਆ, ਆਪਣੀਆਂ ਦੁਕਾਨਾਂ ਇਹਨਾਂ ਦੀਆਂ ਉੱਥੋਂ ਬੰਦ ਨੇ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਤਾਂ ਇਹੀ ਅਪੀਲ ਕਰ ਰਹੇ ਹਾਂ ਕਿ ਇਹ ਬੱਸ ਸਟੈਂਡ ਦੀ ਪੋਜੀਸ਼ਨ ਹੱਲ ਕੀਤੀ ਜਾਵੇ। ताज़ा अपडेट्स और बड़ी खबरों के लिए सब्सक्राइब करें आज प्रकाश TV और बेल आइकन दबाना ना भूलें।